ਅਸਲਾਮ ਅਲੈਕਮ ਦੋਸਤੋ ਆਪਣਾ ਪਾਕਿਸਤਾਨ YouTube ਚੈਨਲ ਮੇ ਖੁਸ਼ ਆਮਦੀਦ ਦੋਸਤੋ ਅੱਜ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਇਆ ਇੰਤਹਾਈ ਮਕੂਲ ਕੀਮਤ ਦੇ ਟਰੈਕਟਰ ਹੈ ਜੀ ਦੋਨੋਂ ਟਰੈਕਟਰਾਂ ਦੀ ਡਿਮਾਂਡ ਮਾਲਕ ਮਕੂਲ ਡਿਮਾਂਡ ਕਰ ਰਹੇ ਜੀ ਦੋਸਤੋ ਇੱਕ ਟਰੈਕਟਰ ਆ ਅਲਗਾਜ਼ੀ ਦਾ 65 HP ਮਾਡਲ 2015 ਜੀ ਤੇ ਦੂਸਰਾ ਜੀ ਮੈਸੀ ਫਰਗੋਸਨ ਦਾ 240 2012 ਮਾਡਲ ਤੇ ਦੋਸਤੋ ਦੋਨੋਂ ਟਰੈਕਟਰਾਂ ਦੀ ਜਿਹੜੇ ਮਾਲਕ ਦਾ ਰਾਪਤਾ ਨੰਬਰ ਆ ਮੈਂ ਵੀਡੀਓ ਦੇ ਐਂਡ ਵਿੱਚ ਸਕਰੀਨ ਦੇ ਉੱਤੇ ਲਿਖ ਦਾਂਗਾ ਤੇ ਤੁਸੀਂ ਉਹਦੇ ਤੋਂ ਵੇਖ ਕੇ ਤੇ ਜਿਹੜਾ ਤੁਹਾਨੂੰ ਟਰੈਕਟਰ ਪਸੰਦ ਆਵੇ ਤੁਸੀਂ ਉਸ ਟਰੈਕਟਰ ਦੇ ਮਾਲਕ ਨਾਲ رابطہ ਕਰਕੇ ਤੇ ਟਰੈਕਟਰ ਪਰਚੇਸ ਕਰ ਸਕਦੇ ਹੋ ਤੇ ਹੁਣ ਆਪਾਂ ਸਭ ਤੋਂ ਪਹਿਲੇ ਗੱਲ ਕਰ ਲਈਏ ਜੀ ਤੇ ਮੈਸੀਵ ਰੋਗੋਸ਼ਨ 240 ਦੀ ਜਿਹੜਾ 2012 ਮਾਡਲ ਆ ਇਹਦੀ ਤੁਹਾਨੂੰ ਡਿਟੇਲ ਦੇ ਦਾਂ ਜੀ ਤੇ ਇਹ 200 ਸਾਈਵਾਲ OLX ਤੇ ਵੀ ਲੱਗਾ ਜੀ ਤੇ ਸਾਈਵਾਲ ਲਈ ਖੜਾ ਜੀ ਸਾਈਵਾਲੀਏ ਤੁਹਾਨੂੰ ਪਰਚੇਸ ਕਰਨਾ ਪਏਗਾ ਅਗਰ ਕਿਸੇ دوست ਨੂੰ ਇਹਦੀ ਮਜ਼ੀਦ ਡਿਟੇਲ ਚਾਹੀਦੀ ਹੋਵੇ ਤੇ OLX ਤੇ ਵੀ ਇਹਦੀ ਐਡ ਲੱਗੀ ਮਾਲਕ ਨੇ ਲਾਈ ਤੇ ਉਹ ਤੋਂ ਵੀ ਤੁਸੀਂ ਵੇਖ ਸਕਦੇ ਹੋ ਤੇ ਮਾਲਕ ਦਾ ਰਾਪਤਾ ਨੰਬਰ ਵੀ ਹੈ ਉਹ ਤੋਂ ਵੀ ਇਹਦੀ ਡਿਟੇਲ ਲੈ ਸਕਦੇ ਹੋ ਤੇ ਬਾਕੀ ਵੀਡੀਓ ਜੀ ਤੁਸੀਂ ਚੈੱਕ ਕਰ ਲਓ ਜੀ ਟਰੈਕਟਰ ਪੂਰੀ ਲੁੱਕ ਵਿੱਚ ਟਰੈਕਟਰ ਅੱਗੂ ਲੈ ਕੇ ਪਿੱਛੂ ਤੱਕ ਟਰੈਕਟਰ ਜਿਹੜਾ ਜੈਨੂਨ ਟਰੈਕਟਰ ਟੋਟਲ ਜੈਨੂਨ ਬੰਪਰ ਟਰੈਕਟਰ ਨੂੰ ਲੱਗਾ ਸ਼ਾਨਦਾਰ ਬੰਪਰ ਲੱਗਾ ਤੇ ਟਰੈਕਟਰ ਦੇ ਟਾਇਰ ਜਿਹੜੇ 12 ਨੇ ਟਾਇਰ ਆ ਚੰਗੇ ਟਾਇਰ ਆ ਜੀ ਅੱਗੂ ਲੈ ਕੇ ਪਿੱਛੂ ਤੱਕ ਸੁੱਕਾ ਟਰੈਕਟਰ ਆ ਕੋਈ ਲੀਕੇਜ ਸ਼ਿਕਜ ਨਹੀਂ ਜੀ ਟਰੈਕਟਰ ਨੂੰ ਛੱਤ ਵੀ ਸੋਹਣੀ ਲੱਗੀ ਜੀ ਟਰੈਕਟਰ ਨੂੰ ਉਹ ਵੀ ਤੁਸੀਂ ਵੇਖ ਸਕਦੇ ਹੋ ਜੀ ਛੱਤ ਛੱਤ ਲੱਗੀ ਜੀ ਟਰੈਕਟਰ ਨੂੰ ਬਾਕੀ ਮਜ਼ੀਦ ਡਿਟੇਲ ਲੈਣ ਵਾਸਤੇ ਮਾਲਕ ਨਾਲ ਰਾਬਤਾ ਵੀ ਤੁਸੀਂ ਕਰ ਸਕਦੇ ਹੋ ਤੇ ਉਹ ਲੈਕਟ ਐਡ ਲੱਗੀ ਹੋ ਤੂੰ ਵੀ ਤੁਸੀਂ ਡਿਟੇਲ ਲੈ ਸਕਦੇ ਹੋ ਤੇ ਦੋਸਤੋ ਇਹਦੇ ਜੇ ਤੁਸੀਂ ਹੁਣ ਆਪਾਂ ਗੱਲ ਕਰ ਲਈਏ ਮਾਲਕ ਦੀ ਡਿਮਾਂਡ ਦੀ ਤੇ ਉਹ ਡਿਮਾਂਡ ਇਹਦੀ ਮਾਲਕ ਕਰ ਰਿਹਾ 7 ਲੱਖ ਰੁਪਈਆ ਤੇ ਇਹ ਡਿਮਾਂਡ ਆ ਮੌਕੇ ਤੇ ਕਮੀ ਜ਼ਰੂਰ ਕਰੇਗਾ ਡਿਮਾਂਡ ਮੇਸ਼ਾ ਟਰੈਕਟਰ ਦੀ ਮਾਲਕ ਜ਼ਿਆਦਾ ਹੀ ਮੰਗਦੇ ਹੁੰਦੇ ਜੀ ਤੇ ਇਹ رابطہ ਨੰਬਰ ਵੀ ਮੈਂ ਮੈਸੇਜ ਫਰਗੋਸਨ 240 ਦਾ 2012 ਮਾਡਲ ਦਾ ਲੇਖ ਦਿੱਤਾ ਜੀ ਮਾਲਕ ਦਾ ਤੇ ਤੁਸੀਂ ਇਸ ਤੋਂ رابطہ ਕਰਕੇ ਤੇ ਇਸ ਨੂੰ ਟਰੈਕਟਰ ਨੂੰ ਜਿਹੜਾ ਦੋਸਤ ਨੂੰ ਪਸੰਦ ਆਵੇ ਪਰਚੇਸ ਕਰ ਸਕਦਾ ਇਹ ਵੇਖ ਸਕਦੇ ਹੋ ਜੀ ਡਿਮਾਂਡ 7 ਲੱਖ ਰੁਪਈਆ ਜੀ ਦੋਸਤੋ ਟਰੈਕਟਰ ਦਾ ਸੋਨਾ ਜੀ ਤੇ ਹੁਣ ਆਪਾਂ ਗੱਲ ਕਰ ਲਈਏ ਜੀ ਅਗਲੇ ਟਰੈਕਟਰ ਦੀ ਫੀਲਡ ਦਾ ਲਗਾਜੀ ਜੀ 65 ਐਚਪੀ ਜੀ 2015 ਮਾਡਲ ਹੈ ਜੀ ਬਿਲਕੁਲ ਨਿਊ ਕੰਡੀਸ਼ਨ ਚ ਟਰੈਕਟਰ ਆ ਨਵਾਂ 0 ਮੀਟਰ ਟਰੈਕਟਰਾਂ ਦਾ ਟਰੈਕਟਰ ਆ ਜੀ ਟਾਇਰ ਵੀ ਇਹਦੇ 0 ਮੀਟਰ ਤਰ੍ਹਾਂ ਦੇ ਆ ਜੀ ਬਿਲਕੁਲ ਥੋੜਾ ਹੀ ਚੱਲੇ ਆ ਜੀ ਇੱਕ ਹੀ ਹੱਥ ਚੱਲੇ ਆ ਟਰੈਕਟਰ ਜੀ ਤੇ ਇਹਦਾ ਵੀ ਜਿਹੜਾ OLX ਸਰਗੋਦੇ ਤੇ ਲੱਗਾ ਹੈ ਜੀ ਤੇ ਸਰਗੋਦੇ ਸਿਟੀ ਚ ਖੜਾ ਜੀ ਤੇ ਉੱਥੋਂ ਹੀ ਤੁਸੀਂ ਇਹਨੂੰ ਵੇਖ ਸਕਦੇ ਹੋ ਕਿਸੇ دوست ਨੂੰ ਅਗਰ ਟਰੈਕਟਰ ਪਸੰਦ ਆਵੇ ਜੀ ਤੇ OLX ਤੋਂ ਵੀ ਡਿਟੇਲ ਸਰਗੋਦੇ ਦੀ ਖੋਲ ਕੇ ਤੇ ਉਸ ਤੋਂ مزید ਟਰੈਕਟਰ ਦੀ ਡਿਟੇਲ ਲੈ ਸਕਦਾ ਬਾਕੀ ਮਾਲਕ ਦਾ ਰਾਪਤਾ ਨੰਬਰ ਵੀ ਲਿਖਿਆ ਹੋਊ ਤੁ ਵੀ ਤੁਸੀਂ ਤੁ ਆਪਣਾ ਮਾਲਕ ਨਾਲ ਰਾਪਤਾ ਕਰਕੇ ਤੇ مزید ਡਿਟੇਲ ਲੈ ਸਕਦੇ ਹੋ ਬਾਕੀ ਤੁਸੀਂ ਵੀਡੀਓ ਜੂ ਵੀ ਵੇਖ ਲਓ ਜੀ ਟਰੈਕਟਰ ਦੀ ਕੰਡੀਸ਼ਨ ਜੀ ਬਿਲਕੁਲ ਨਿਊ ਲੁੱਕ ਦਾ ਟਰੈਕਟਰ ਆ ਜੀ ਸਾਫ ਸੁਥਰਾ ਟਰੈਕਟਰ ਆ ਬਿਲਕੁਲ ਕੋਈ ਇਹਦਾ ਅੱਗੂ ਲੈ ਕੇ ਪਿੱਛੂ ਤੱਕ ਸੁੱਕਾ ਟਰੈਕਟਰ ਆ ਜੀ ਔਰ ਜੈਨੂਨ ਟਰੈਕਟਰ ਦਾ ਸਾਰਾ ਜੀ ਤੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਜੀ ਕਿ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਤੁਸੀਂ ਟਰੈਕਟਰ ਦੀ ਲੋਕਲ ਅਲ ਗਾਜ਼ੀ ਦੀ ਵੇਖ ਲੋ ਜੀ ਬਿਲਕੁਲ 0 ਮੀਟਰ ਟਰੈਕਟਰ ਦਾ ਨਾ ਦੀ ਲੁੱਕ ਦੇ ਰਿਹਾ ਜੀ ਤੇ ਕੀਮਤ ਔਰ ਡਿਮਾਂਡ ਬੜੀ ਮਨਾਸਬ ਕਰ ਰਿਹਾ ਜੀ ਜਦੋਂ ਇਹ ਡਿਮਾਂਡ ਜਿਹੜੀ ਕਰ ਰਹੇ ਹੁੰਦੇ ਆ ਉਹ ਹਮੇਸ਼ਾ ਜ਼ਿਆਦਾ ਹੀ ਕਰਦੇ ਹੁੰਦੇ ਆ ਜੀ ਤੇ ਮੌਕੇ ਤੇ ਕਮੀ ਪਈ ਵੀ ਆ ਜ਼ਰੂਰ ਕਰਦੇ ਜੀ ਤੇ ਦੋਸਤੋ ਕੋਈ ਟਰੈਕਟਰ ਖੁੱਲਾ ਛੁੱਲਾ ਨਹੀਂ ਹੈਗਾ ਜੀ ਬਿਲਕੁਲ ਤਮਾਮ ਆਪਣੀ ਹਾਲਤ ਵਿੱਚ ਹੀ ਹੈ ਜੈਨੂਨੀਆਂ ਇੰਨਾ ਜ਼ਿਆਦਾ ਚੱਲਿਆ ਹੀ ਨਹੀਂ ਟਰੈਕਟਰ ਹੋਇਆ ਥੋੜਾ ਟਰੈਕਟਰ ਚੱਲਿਆ ਆ ਜੀ ਤੁਹਾਨੂੰ ਲੁੱਕ ਜੀ ਵੀ ਵੀਡੀਓ ਜੀ ਵੀ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਦੀ ਇਹ ਦੀ ਤੁਸੀਂ ਵੇਖ ਲੋ ਲਿੰਕਾਂ ਸ਼ਿੰਕਾਂ ਬਿਲਕੁ ਸਾਫ ਸੁਥਰਾ ਟਰੈਕਟਰ ਹੈ ਬੈਕ ਟੂ ਇੰਜਨ ਬਿਲਕੁਲ ਅਜ ਤੱਕ ਇਹਨੂੰ ਹੁੱਕ ਤੱਕ ਨਹੀਂ ਲੱਗੀ ਟਰੈਕਟਰ ਨੂੰ ਜੀ ਤੇ ਰੇਮਾਂ ਦੀ ਕੰਡੀਸ਼ਨ ਵੇਖ ਲਓ ਟਾਇਰਾਂ ਦੀ ਕੰਡੀਸ਼ਨ ਵੇਖ ਲਓ ਬਿਲਕੁਲ ਨਿਊ ਟਰੈਕਟਰ ਤਰ੍ਹਾਂ ਦੀ ਕੰਡੀਸ਼ਨ ਹੈ ਜੀ ਤੇ ਦੋਸਤੋ ਇਹਦੀ ਹੁਣ ਆਪਾਂ ਡਿਮਾਂਡ ਦੀ ਗੱਲ ਕਰ ਲਈ ਤੇ ਮਾਲਕ ਕਰ ਰਿਹਾ ਜੀ 7 ਲੱਖ 65000 ਰੁਪਇਆ ਇਹ ਡਿਮਾਂਡ ਕਰ ਰਿਹਾ ਤੇ ਜਦੋਂ ਤੁਸੀਂ ਕੋਈ ਸੌਦਾ ਜਿਸ ਟਰੈਕਟਰ ਜਿਸ ਦੋਸਤ ਨੂੰ ਇਹ ਟਰੈਕਟਰ ਪਸੰਦ ਆਵੇ ਉਹ ਸੌਦਾ ਕਰੇਗਾ ਤੇ ਉਮੀਦ ਹੈ ਕਿ ਉਹ ਥੱਲੇ ਹੋਰ ਹੋਏਗਾ ਤੇ ਮناسب ਕੀਮਤ ਵਿੱਚ ਟਰੈਕਟਰ ਜਿਹੜਾ ਨਾ ਅਵੇਲੇਬਲ ਹੋ ਜਾਏਗਾ ਜੀ ਐ ਦੋਸਤੋ ਵੇਖ ਲਓ ਜੀ ਡਿਮਾਂਡ 765000 ਤੇ ਇਹ ਮਾਲਕ ਦਾ ਰਾਪਤਾ ਨੰਬਰ ਜੀ ਜਿਸ ਦੋਸਤ ਨੂੰ ਵੀ ਟਰੈਕਟਰ ਆ ਪਸੰਦ ਆਵੇ ਜੀ ਉਹ ਮਾਲਕ ਨਾਲ ਰਾਪਤਾ ਕਰਕੇ ਤੇ ਟਰੈਕਟਰ ਪਰਚੇਸ ਕਰ ਸਕਦਾ ਸਰਗੋਦਾ ਸਿਟੀ ਵਿੱਚ अवेलेबल ਆਖਿਰ ਤੇ ਦੋਸਤੋ ਮੈਂ ਦੋਵੇਂ ਟਰੈਕਟਰਾਂ ਦੇ ਰਾਪਤਾ ਨੰਬਰ ਮਾਲਕ ਦੇ ਲਿਖ ਦਿੱਤੇ ਜੀ ਡਿਮਾਂਡਾਂ ਵੀ ਦੋਵੇਂ ਟਰੈਕਟਰਾਂ ਦੀਆਂ ਲਿਖਤੀਆਂ ਜਿਹੜਾ ਟਰੈਕਟਰ ਜਿਹੜਾ ਟਰੈਕਟਰ ਵੀ ਤੁਹਾਨੂੰ ਦੋਸਤ ਨੂੰ ਪਸੰਦ ਆਵੇ ਉਸ ਮਾਲਕ ਨੂੰ ਰਾਪਤਾ ਕਰਕੇ ਤੇ ਟਰੈਕਟਰ ਪਰਚੇਸ ਕਰੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅਗਲੀ ਵੀਡੀਓ ਤੱਕ ਅਲਵਿਦਾ